ਇਸ ਸੰਬੰਧੀ ਜਾਣਕਾਰੀ ਦਿੰਦਿਆਂ ASI ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਸੰਬੰਧ ਵਿੱਚ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ। ਇਹਦੇ ਪਿਤਾ ਦੇ ਬਿਆਨ ਲਾਸਮਨ ਸਿੰਘ ਦੇ ਬਿਆਨ 174 ਦੀ ਕਾਰਵਾਈ ਕੀਤੀ ਹੈ ਜੀ। ਅਚਾਨਕ ਅਤੇ ਕੁਦਰਤੀ ਜਿਹੜਾ ਤੂੜੀ ਬਣਾਉਂਦੇ ਸੀ ਮਸ਼ੀਨ ਦੇ ਵਿੱਚ ਫਸ ਗਿਆ। ਅੱਛਾ, ਕੀ ਦੱਸਿਆ ਕਿ ਉਹਨਾਂ ਨੇ? ਉਹਨੇ ਦੱਸਿਆ ਵੀ ਤੂੜੀ ਬਣਾਉਂਦੇ ਸੀ, ਅਚਾਨਕ ਅਤੇ ਕੁਦਰਤੀ ਵਿੱਚ ਟੱਪਿਆ, ਮਸ਼ੀਨ ਦੇ ਵਿੱਚ ਕੱਢਣ ਲੱਗਿਆ ਸੀ, ਕੜਾ ਫਸ ਗਿਆ ਅਤੇ ਵਿੱਚ ਆ ਗਿਆ ਹਾਦਸਾ। ਇਸ ਹਾਦਸੇ ਤੋਂ ਬਾਅਦ ਇਹਦਾ ਸੱਚ ਹੈ ਕਿ ਮੌਤ ਕਦੇ ਵੀ ਕਿਸੇ ਦਾ ਪਤਾ ਪੁੱਛ ਕੇ ਨਹੀਂ ਆਉਂਦੀ। ਰਾਏਕੋਟ ਤੋਂ ਦਲਵਿੰਦਰ ਸਿੰਘ ਰਛੀਨ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੈਨੇਡਾ SDS ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ, 1 ਸਾਲ ਦੀ GIC ਅਤੇ IELTS ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ। ਸੋ ਜੇ ਤੁਸੀਂ ਸਪਟੈਂਬਰ SDS ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ, ਅੱਜ ਹੀ ਕੰਟੈਕਟ ਕਰੋ 92563 92563।